बजुर्ग आटे वाली लाइन च, नौजवान साडे मुलक दा पेट्रोल वाली लाइन च, बुढ़िया साडिया है 12,000 वाली लाइन च, मुलक साडा है खुडे लाइन च, ते प्राइम मिनिस्टर साडा है मंगन वाली लाइन च। अमीरों के कुत्तों का भौंकने का स्टाइल। गरीबों के कुत्तों का भौंकने का स्टाइल। ਪੱਟੀ ਸਾਹਿਬ ਜੀ, ਉਹ ਇੰਡੀਆ ਵਾਲੇ ਬੜੇ ਰੋਂਦੇ ਸੀਗੇ। ਕਿਉਂ ਜੀ? ਉਹ ਕਹਿੰਦੇ ਯਾਰ ਇੱਕੋ ਵਰਗੀ ਸ਼ਕਲਾਂ ਦੇ ਚਾਈਨੀਜ਼ ਬੰਦੇ ਆ ਕੇ ਸਾਨੂੰ ਬਾਰ ਬਾਰ ਕੁੱਟੀ ਜਾਂਦੇ ਆ। ਉਹ ਕੀ ਹੋਇਆ, ਕੀ ਤੁਸੀਂ ਕਦ ਦੁਖੀ ਬੈਠੇ ਹੋ? ਬਾਰ ਸਾਹਿਬ ਕੰਮਾਂ ਦੇ ਹਾਲਾਤ ਹੀ ਕੋਈ ਨਹੀਂ ਯਾਰ, ਕੀ ਕਰੀਏ। ਤੁਸੀਂ ਇੱਦਾਂ ਕਰੋ, ਪੀਟੀਆਈ ਸ਼ਾਮਿਲ ਹੋ ਜਾਓ। ਉਹ ਕਿਉਂ? ਕਿਉਂਕਿ ਉਹੀ ਬਗੈਰਤ ਆ ਜਿਨ੍ਹਾਂ ਨੂੰ ਲੱਗਦਾ ਪਾਕਿਸਤਾਨ 'ਚ ਬਹੁਤ ਖੁਸ਼ਹਾਲੀ ਆ। इमरान खान हजे भी अपनी गल ते कायम है। या अल्लाह, मर्दों के रोने का स्टाइल। औरतों के रोने का स्टाइल। तू क्यों मरना आई, मैं मर गया, कुल काटी मैं मर गई। बहुत बहुत मुबारक होवे पाकिस्तानियों, बहुत बहुत मुबारक होवे। भला कादी ख्वाहिश पूरी हो गई जे। हां जी, गैस सस्ती हो गई, दरख्ते चढ़ के लकड़ा बढ़, गैस नहीं आनी उन्हें। मुस्लिम लीग नून दे दौर दे विच ना सड़कां दे किते किते खड्डे हुंदे सी। ओ भट्ट साहब बस करो, आ पीटीआई दी गवर्नमेंट दे विच खड्डियां दे विच किते किते सड़क आ। योड़ी योड़ी बिजली भरी है मेरे अंग अंग में। यूथियो, तुहाडे लई डुब मरन दा मुकाम इन्ना ही बड़ा कि टिकटॉक दे उत्ते खान साहब दी बिस्ती फुल ट्रेंडिंग च जा रही। इंडिया दे विच सुशांत सिंह राजपूत ने बगैर दस्सिया खुदकुशी कर ली, ते साडे आला ऐलान करके भी नहीं करन दिया। अताउल्ला ईसा खेलवी साहब दा नाम वालिया माया कफारा, ओदे विच फरमा रहे ने कि ला लो जुत्तियां, साको मारो चप्पला नाल, असा बदबख्ता उम्मीदा रखियां बड़े वड्डे कंजरा नाल। 2018 ਦੇ ਇਲੈਕਸ਼ਨ ਆ ਜਿਹਨਾਂ ਖਾਨ ਸਾਹਿਬ ਨੂੰ ਵੋਟ ਪਾਇਆ ਸੀ, ਹੁਣ 2020 ਚ ਭਾਈ ਕੋ ਨਾ ਖਾਨ ਸਾਹਿਬ ਵਾਸਤੇ ਇੱਕ ਪੈਗਾਮ ਹੈ, ਦੱਸੋ ਭਾਈ ਜਾਨ। ਖਾਨ ਸਾਹਿਬ ਆਪਕੇ ਲਈ ਇੱਕ ਪੈਗਾਮ ਹੈ, ਜਿਤਨੀ ਆਪਕੀ ਗੁਜ਼ਰ ਗਈ, ਜਿਤਨੀ ਰਹਿ ਗਈ, ਟੋਟਲ ਪੇ ਲਾਨਤ। ਲਈ ਬਾਬਾ ਜੀ, ਅੱਜ ਤੋਂ ਕੁਛ ਸਾਲ ਬਾਅਦ ਨਾ ਲੋਕਾਂ ਨੇ ਕਿਹਾ ਕਰਨਾ ਵਾ ਕਿ ਨਿਆਜ਼ੀ ਦੀ ਹਕੂਮਤ ਚ ਪੈਟਰੋਲ ਇੰਨਾ ਸਸਤਾ ਹੋ ਗਿਆ ਕਿ ਲੋਕ ਪਿਛਵਾੜਾ ਵੀ ਜਿਹੜਾ ਨਾ ਉਹ ਪੈਟਰੋਲ ਨਾਲ ਧੋਂਦੇ। खान साहब, ना मुल्क में पेट्रोल है और ना ही आटा, बंदों की लाइने ही लाइने। मैंने कहा था ना कि कपड़ा ना नहीं है। पूरी दुनिया दे विच पेट्रोल जलीलो खुआर हो रहा वा, ते पाकिस्तान च पेट्रोल वास्ते अवाम जलीलो खुआर हो रही है। फौजी 2000 सुट दवे ते तारीफ ही तारीफ, ते साडे खान साहब ने पूरी मुआशरे दी तबाही ला दी, ते किसी ने कोई तारीफ नहीं की यार। पट्टी साहब, ए पीटीआई दी हुकूमत एडी कमनूस आ, तौबा तौबा, इन्हां नूं रेगिस्तान च वी असीं हुकूमत दे दित्ती ना, इन्हां ने उत्थे वी रेत दा बोहरान पैदा कर देना। बट साहब, इमरान खान ते वीडियो बना लैंदे तुसीं? इंडिया का बेड़ा गर्क किया चाह वाले कप ने, ते पाकिस्तान का बेड़ा गर्क किया 1992 वाले कप ने।
ਦੁਨੀਆ ਦੇ ਉੱਤੇ ਵਜ਼ੀਰੇ ਆਜ਼ਮਾਂ ਨੂੰ ਮੁਖਤਲਿਫ ਆਈਡੀਏ ਆਂਦੇ ਆ ਤੇ ਸਾਡੇ ਵਾਲੇ ਵਜ਼ੀਰੇ ਆਜ਼ਮ ਨੂੰ ਜਦੋਂ ਆਂਦਾ ਨਾ ਤਕਰੀਰ ਹੀ ਆਂਦੀ ਹੈ। ਮੇਰੇ ਆਕਾ ਸੌਦ ਬਟ ਤੇ ਬਹੁਤ ਹਮਲੇ ਕੀਤੇ ਨੇ ਪਰ ਉਹਨੂੰ ਅਸਰ ਨਹੀਂ ਹੋ ਰਿਹਾ। ਕਿਉਂ ਵਜ੍ਹਾ? ਪਿੰਕੀ ਨੇ ਤੋ ਬਹੁਤ ਉਸਕੇ ਉੱਪਰ ਹਮਲੇ ਕਰਵਾਇਆ ਚਿੱਲਾ ਕਾਟ ਕੇ। ਮੇਰੇ ਆਕਾ, ਕਿਉਂਕਿ ਉਹਦੇ ਪਿੱਛੇ ਨਵਾਜ਼ ਸ਼ਰੀਫ ਹੈ। ਖਾਨ ਸਾਹਿਬ ਦਾ ਬਿਆਨ ਆਇਆ ਜੀ, ਟਾਈਗਰ ਫੋਰਸ ਜਿਹੜੀ ਹੈ ਨਾ ਇਹ ਆਵਾਮ ਦੇ ਵਿੱਚ ਸ਼ਾਊਰ ਪੈਦਾ ਕਰੇਗੀ। ਖਾਨ ਸਾਹਿਬ, ਜੇ ਇਨ੍ਹਾਂ ਜਹਲਾਂ ਚ ਇੰਨਾ ਹੀ ਸ਼ਾਊਰ ਹੁੰਦਾ ਨਾ ਤੇ ਕੁੱਤੇ ਦੇ ਨਾਂ ਤੇ ਬਣੀ ਟਾਈਗਰ ਫੋਰਸ ਚ ਸ਼ਾਮਲ ਹੋਣਾ ਸੀ ਇਹਨਾਂ ਨੇ। ਕੰਟੇਨਰ ਤੇ ਚੜ ਕੇ ਇਮਰਾਨ ਖਾਨ ਕਹਿੰਦਾ ਸੀਗਾ ਕਿ 8 ਰੁਪਏ ਦਾ ਯੂਨਿਟ ਹੋਊਗਾ, ਹੁਣ ਮੈਂ ਬਿੱਲ ਸਾੜਨ ਲੱਗਾ। ਖਾਨ ਸਾਹਿਬ, ਹੁਣ ਯੂਨਿਟ ਤੇ 20-25 ਰੁਪਏ ਤੋਂ ਵੀ ਉੱਤੇ ਚਲੇ ਗਿਆ, ਹੁਣ ਮੇਰਾ ਦਿਨ ਬਿੱਲ ਨੂੰ ਰਹਿਣ ਛੱਡ ਕੇ ਨਾ ਤੁਹਾਨੂੰ ਅੱਗ ਲਾ ਦੇ। ਭਾਈ ਇਹ ਪੈਟਰੋਲ ਕਿਉਂ ਨਹੀਂ ਮੇਰਾ? ਭਾਈ ਪੈਟਰੋਲ ਕਾ ਕਰੋਨਾ ਟੈਸਟ ਆ ਗਿਆ ਪਾਜ਼ਿਟਿਵ, ਲਿਹਾਜ਼ਾ ਉਸੇ ਕਰੰਤੀਨਾ ਸੈਂਟਰ ਮੁੰਤਕਿਲ ਕਰ ਦੀ ਹੈ, ਤੋ ਆਵਾਮ ਸੇ ਗੁਜ਼ਾਰਿਸ਼ ਹੈ ਕਿ ਪੈਟਰੋਲ ਸੇ ਦੂਰ ਹੀ ਰਹੇ। ਆਪਣੇ ਪਿਓ ਦੇ ਜਨਾਜ਼ੇ ਤੇ ਖਲੋ ਕੇ ਕਹਿੰਦਾ, ਗੱਲ ਸੁਣੋ ਬਈ, ਕਿਸੇ ਨੇ ਮੇਰੇ ਪਿਓ ਕੋਲੋਂ ਕੁਛ ਲੈਣਾ, ਹੱਥ ਖੜਾ ਕਰ ਲੈ। ਉਹ 500 ਬੰਦੇ ਨੇ ਹੱਥ ਖੜਾ ਕਰ ਲਿਆ, ਘਬਰਾ ਗਿਆ, ਕਹਿੰਦਾ ਠੀਕ ਆ, ਉੱਠ ਕੇ ਕਹਿ ਦੇ ਮੈਂ ਦੇ ਦਿੰਦਾ। ਉਹ ਭਾਈ, ਹੁਣ ਤੇ ਆਸ਼ਕਾਂ ਨੇ ਆਪਣੀਆਂ ਮਸ਼ੂਕਾਂ ਨੂੰ ਚੰਦਾ ਕਹਿਣਾ ਹੀ ਛੱਡ ਦਿੱਤਾ, ਕਿਤੇ ਖਾਨ ਸਾਹਿਬ ਉਹ ਵੀ ਨਾ ਮੰਗ ਲੈਣ। ਪੈਟਰੋਲ ਤੇ ਪਾਕਿਸਤਾਨ ਚੋਂ ਇੰਜ ਗਾਇਬ ਹੋਇਆ ਜਿਸ ਤਰ੍ਹਾਂ ਯੂਥੀਆਂ ਦੇ ਸਿਰਾਂ ਚੋਂ ਦਿਮਾਗ। ਵੈਸੇ ਨਾ ਬਾਕੀ ਤੇ ਸਾਰੇ ਫੈਸਲੇ ਠੀਕ ਹੋ ਗਏ ਆ, ਹੁਣ ਇੱਦਾਂ ਕਰੋ ਖਾਨ ਸਾਹਿਬ, ਤੁਸੀਂ ਨਾ ਟਰਾਂਸਪੋਰਟ ਖੋਲ ਦਿਓ ਤੇ ਪੈਟਰੋਲ ਪੰਪ ਬੰਦ ਕਰ ਦਿਓ। ਇਸ ਟਾਈਮ ਤਬਦੀਲੀ ਵਾਲਾ ਕਿਹੜਾ ਉਹਨਾਂ ਦੇ ਲੋਕਾਂ ਦੇ ਅੰਦਰ ਬਸ ਬਾਕੀ ਹੈਗਾ ਜਿਨ੍ਹਾਂ ਦਾ ਖਰਚਾ ਯਾ ਤੇ ਮਾਂ ਪਿਓ ਚਲਾਉਂਦੇ ਆ ਯਾ ਮਹੱਲੇ ਦੇ ਲੌਂਡੇਬਾਜ਼। ਜਿਸ ਘਰ ਦੇ ਵਿਚ ਭਰਾ ਨੇ 3 ਵਿਆਹ ਕੀਤੇ ਹੋਣ ਤੇ 50 ਸਾਲਾਂ ਭੈਣ ਕੁਵਾਰੀ ਹੋਵੇ, ਇਹੋ ਜਿਹੇ ਬੰਦੇ ਨੂੰ ਮਹੱਲੇਦਾਰ, ਕੰਜਰ ਤੇ ਕੁਛ ਲੋਕ ਆਪਣਾ ਲੀਡਰ ਕਹਿੰਦੇ ਆ। ਇਮਰਾਨ ਨਿਆਜ਼ੀ ਚ ਤੇ ਗਜਨੀ ਚ ਬਹੁਤਾ ਫਰਕ ਨਹੀਂ ਹੈਗਾ, ਦੋਵੇਂ ਹੀ ਆਪਣੀ ਕੀਤੀ ਹੋਈ ਗੱਲ ਭੁੱਲ ਜਾਂਦੇ ਆ। ਕੈਸਾ ਸ਼ਾਰਟ ਟਰਮ ਮੈਮਰੀ ਪ੍ਰਾਈਮ ਮਿਨਿਸਟਰ ਆ। ਵਜ਼ੀਰ ਆਜ਼ਮ ਪਾਕਿਸਤਾਨ ਇਮਰਾਨ ਖਾਨ ਕਾ ਅਗਲਾ ਮੁਤਵੱਕੇ ਖਿਤਾਬ ਕਿ ਜਹਾਜ਼ੋਂ ਕੀ ਮੁਰੰਮਤ ਕੇ ਲਈ ਦਿਲ ਖੋਲ ਕਰ ਚੰਦਾ ਦੇ। ਯੂਥੀਓ, ਬੜੀ ਮਾਜ਼ਰਤ ਦੇ ਨਾਲ ਇਹ ਗੱਲ ਤੇ ਦੱਸੋ, ਤੁਹਾਨੂੰ ਖੋਤਾ ਖਾ ਕੇ ਬਹੁਤਾ ਸਕੂਨ ਮਿਲਿਆ ਸੀ, ਇਹ ਖੋਤੇ ਨੂੰ ਕੁਰਸੀ ਦਬਾ ਕੇ ਮਿਲਿਆ ਸੀ? ਅੱਜ ਉਹ ਵੀ ਯੂਥੀਏ ਮੀਆਂ ਨਵਾਜ਼ ਸ਼ਰੀਫ ਦੇ ਐਟਮੀ ਧਮਾਕਿਆਂ ਤੋਂ ਇਨਕਾਰ ਕਰਦੇ ਪਏ ਆ ਜਿਨ੍ਹਾਂ ਦੀ 1998 ਚ ਨਾ ਕੱਛੇ ਦੇ ਵਿੱਚ ਟੱਟੀ ਨਿਕਲ ਜਾਂਦੀ ਸੀ।